ਜੀ ਪੱਕਾ ਜੀ ਪੱਕਾ, ਐਤਵਾਰ ਤੇ ਸ਼ਹੀਦਾਂ ਸਾਹਿਬ ਨੂੰ ਸਮਰਪਿਤ ਹੈਗਾ, ਜਿੰਨਾ ਦੇਰ ਬਾਬਾ ਜੀ ਸੇਵਾ ਲੈਣਗੇ ਉਹਨਾਂ ਦਿਨ ਕਰਦੇ ਰਵਾਂਗੇ। ਚਾਟੀ ਦੀ ਲੱਸੀ ਨੂੰ ਮਤਲਬ ਦੁੱਧ ਨੂੰ ਜਾਗ ਲਾ ਕੇ ਤਿਆਰ ਹੁੰਦੀ ਹੈ ਜੀ, ਫਿਰ ਉਹਨੂੰ ਪਾ ਕੇ ਮਧਾਣੀ ਨਾਲ ਤਿਆਰ ਕਰਕੇ, ਹੁਣ ਜਿੱਦਾਂ ਇਹਦੇ ਵਿੱਚ ਮਸਾਲੇ ਪਾਏ ਹੋਏ ਆ ਸਾਰੇ, ਵੀ ਨਮਕੀਨੀ ਲੱਸੀ ਤਿਆਰ ਕੀਤੀ ਹੋਈ ਹੈ ਜੀ। ਮਿੱਠਾ ਜਲ ਲਾਇਆ ਹੋਇਆ ਸੀ, ਪਰ ਸੰਗਤ ਦੀ ਡਿਮਾਂਡ ਸੀ ਕਿ ਛੇਤੀ ਤੋਂ ਛੇਤੀ ਮਤਲਬ ਚਾਟੀ ਦੀ ਲੱਸੀ ਵੀ ਸ਼ੁਰੂ ਕਰੋ, ਕਿ ਚਾਟੀ ਦੀ ਲੱਸੀ ਠੰਡੀ ਹੁੰਦੀ ਹੈ, ਤਸੀਰ ਠੰਡੀ ਹੁੰਦੀ ਹੈ ਚਾਟੀ ਦੀ ਲੱਸੀ ਦੀ, ਤੇ ਬਹੁਤ ਜ਼ਿਆਦਾ ਮਤਲਬ ਸੰਗਤ ਦਾ ਪਿਆਰ ਮਿਲ ਰਿਹਾ ਲੱਸੀ। ਤਿੰਨਾ ਟਾਈਮਾਂ ਤੇ ਸ਼ੁਰੂ ਹੋਇਆ ਸੀਗਾ, ਅੱਜ ਮਾਲਕ ਦੀ ਮਿਹਰ ਨਾਲ ਨਿੱਕਾ ਸੀ ਭਰ ਕੇ ਲੈ ਕੇ ਆਈਦਾ ਜੀ। ਕਰਨ ਵਾਲੇ ਜੀ ਅਸੀਂ, ਕੌਣ ਹੁੰਦੇ ਕਰਨ ਵਾਲੇ, ਬਾਬਾ ਦੀਪ ਸਿੰਘ ਜੀ ਦੀ ਕਦੋਂ ਤੱਕ ਕਿਰਪਾ ਰਹੂਗੀ, ਹੱਥ ਦੇ ਕੇ ਆਉਂਦੇ ਕਰਾਉਣਗੇ ਕਰਾਂਗੇ ਜੀ। ਐਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਵਿੱਚ ਆ ਕੇ ਚੁਪਹਿਰਾ ਸਾਹਿਬ ਕੱਟਦੀਆਂ ਨੇ, ਤਾਂ ਉੱਥੇ ਹੀ ਕਰਨਾਲ ਤੋਂ ਸੰਗਤ ਹਰ ਐਤਵਾਰ ਦੇ ਦਿਨ ਇੱਥੇ ਪਹੁੰਚਦੀ ਹੈ, ਤਾਂ ਉਹਨਾਂ ਦੇ ਵੱਲੋਂ ਵੱਖ ਵੱਖ ਜਿਹੜੇ ਲੰਗਰ ਨੇ ਉਹ ਲਗਾਏ ਜਾਂਦੇ ਨੇ, ਤਾਂ ਇਸ ਵਾਰ ਉਹਨਾਂ ਦੇ ਵੱਲੋਂ ਲੱਸੀ ਦਾ ਜਿਹੜਾ ਲੰਗਰ ਆ ਉਹ ਲਗਾਇਆ ਗਿਆ, ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆਂ, ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼ਹੀਦਾਂ ਸਾਹਿਬ ਵਿੱਚ ਆ ਕੇ ਚੁਪਹਿਰਾ ਸਾਹਿਬ ਕੱਟਦੀਆਂ ਨੇ, ਤਾਂ ਉੱਥੇ ਹੀ ਵੱਖ ਵੱਖ ਜਿਹੜੀਆਂ ਸੰਗਤਾਂ ਨੇ ਇੱਥੇ ਆ ਕੇ ਲੰਗਰ ਵੀ ਜਿਹੜੀਆਂ ਉਹ ਲਗਾਉਂਦੀਆਂ ਨੇ, ਤਾਂ ਤੁਸੀਂ ਵੇਖ ਸਕਦੇ ਹੋ ਕਿ ਕਰਨਾਲ ਤੋਂ ਜਿਹੜੀ ਸੰਗਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਇੱਥੇ ਪਹੁੰਚਦੀ ਪਈ ਹੈ, ਤਾਂ ਉਹਨਾਂ ਦੇ ਵੱਲੋਂ ਐਤਵਾਰ ਦੇ ਦਿਨ ਜਿਹੜੇ ਨੇ ਉਹ ਲੰਗਰ ਲਗਾਏ ਜਾਂਦੇ ਨੇ, ਤਾਂ ਇਸ ਵਾਰ ਉਹਨਾਂ ਦੇ ਵੱਲੋਂ ਚਾਟੀ ਦੀ ਲੱਸੀ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ, ਜਿਸ ਦੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ, ਤਾਂ ਲਗਾਤਾਰ ਅਸੀਂ ਗੱਲਬਾਤ ਵੀ ਕਰਾਂਗੇ। ਤਾਂ ਮੈਡਮ ਕੀ ਨਾਮ ਆ ਜੀ ਪਹਿਲਾਂ ਆਪਣਾ? ਨਵਦੀਪ ਕੌਰ ਨਾਮ ਹੈ ਜੀ ਮੇਰਾ। ਅੱਜ ਕੀ ਕਹਿਣਾ ਚਾਹੁੰਦੇ ਹੋ ਕਰਨਾਲ ਤੋਂ ਤੁਸੀਂ ਹਰ ਐਤਵਾਰ ਦੇ ਐਤਵਾਰ ਇੱਥੇ ਪਹੁੰਚਦੇ ਹੋ? ਹਾਂਜੀ, ਬਾਬਾ ਜੀ ਦੀ ਰਜਾਮੰਦੀ ਤੇ ਆਈ ਜਾਈਦਾ, ਹਰ ਸੰਡੇ ਬਾਬਾ ਜੀ ਆਪ ਹੀ ਬੁਲਾ ਲੈਂਦੇ ਆ ਤੇ ਹਾਜੀ ਭਰੀ ਜਾਈਦੀ ਹੈ। ਤਿਆਰ ਕਰਕੇ ਵਿੱਚ ਮਸਾਲੇ ਪਾ ਕੇ ਤੇ ਔਰ ਪ੍ਰਸ਼ਾਦੇ ਦੇ ਨਾਲ ਵਰਤਾਈ ਜਾਂਦੀ ਆ, ਨਾਲ ਸਾਦਾ ਪਾਣੀ ਹੋ ਗਿਆ, ਮਿੱਠਾ ਜਲ ਵੀ ਸਵੇਰੇ ਪਹਿਲਾਂ ਮਿੱਠਾ ਜਲ ਚੱਲਦਾ ਫਿਰ ਲੱਸੀ ਚੱਲਦੀ ਆ, ਔਰ ਉਸ ਨਾਲ ਨਾਲ ਸਾਦਾ ਪਾਣੀ, ਹੁਣ ਉਸ ਸਾਈਡ ਸਾਦਾ ਲੱਗਾ ਹੋਇਆ, ਇੱਧਰ ਆਪਣਾ ਲੱਸੀ ਚੱਲ ਰਹੀ ਆ ਜੀ। ਸਵੇਰੇ ਬਾਬਾ ਜੀ ਅਸੀਂ 8 ਵਜੇ ਜਿੱਦਾਂ ਆ ਜਿੱਦਾਂ ਆ ਕੇ ਤਿਆਰੀ ਕਰ ਲਈ ਦੀ ਆ, ਤਕਰੀਬਨ 8:30 ਵਜੇ ਲੰਗਰ ਸਟਾਰਟ ਹੋ ਜਾਂਦਾ ਆ ਤੇ ਸਮਾਪਤੀ ਤੱਕ 5-6 ਵਜੇ ਜਾਂਦੇ ਆ, ਜਦੋਂ ਤੱਕ ਐਮ ਸੰਗਤ ਮਤਲਬ ਪ੍ਰਸ਼ਾਦਾ ਨਹੀਂ ਛਕਦੇ ਉਦੋਂ ਤੱਕ ਇੱਥੇ ਹੀ ਰਹੀਦਾ ਤੇ ਪ੍ਰਸ਼ਾਦਾ ਚੱਲਦਾ ਹੀ ਰਹਿੰਦਾ ਜੀ। ਜੇਕਰ ਅਸੀਂ ਗੱਲ ਕਰੀਏ, ਤੁਸੀਂ ਕਰਨਾਲ ਤੋਂ ਆਉਂਦੇ ਹੋ, ਕੀ ਸ਼ਨੀਵਾਰ ਦੇ ਦਿਨ ਇੱਥੇ ਪਹੁੰਚਦੇ ਹੋ ਜਾਂ ਫਿਰ ਐਤਵਾਰ ਦੇ ਦਿਨ ਇੱਥੇ ਪਹੁੰਚਦੇ ਹੋ? ਵੈਸੇ ਤੇ ਬਾਬਾ ਜੀ ਅਸੀਂ ਜੇ ਗੱਲ ਕਰੀਏ ਤਾਂ ਪਹਿਲਾਂ ਤੇ ਆਈਦਾ ਸੀ ਸੈਚਰਡੇ, ਆਈਦਾ ਟ੍ਰੇਨ ਤੇ ਉਹ ਮੰਡੇ ਵਾਪਸੀ ਹੁੰਦੀ ਸੀਗੀ, ਪਰ ਹੁਣ ਕਾਫੀ ਦੇਰ ਤੋਂ ਮਤਲਬ ਟ੍ਰੇਨਾਂ ਬੰਦ ਸੀਗੀਆਂ ਤੇ ਆਪਣੀ ਗੱਡੀ ਤੇ ਆਈਦਾ ਤੇ ਕਦੀ ਸੈਚਰਡੇ ਆ ਜੀ ਤੇ ਕਦੀ ਸੰਡੇ, ਹੁਣ ਸੀਜ਼ਨ ਦਾ ਟਾਈਮ ਚੱਲ ਰਿਹਾ ਹੈ, ਖੇਤੀਬਾੜੀ ਨਾਲ ਬਿਲੋਂਗ ਕਰਦੇ ਹਾਂ ਤੇ ਉਸ ਨੂੰ ਲੈ ਕੇ ਅਸੀਂ ਹੁਣ ਅੱਜ ਮਾਰਨਿੰਗ ਵੀ ਸਵੇਰੇ ਗੱਡੀ ਤੇ ਚੱਲੇ ਸੀ, ਘਰੋਂ 2 ਵਜੇ ਚੱਲੇ ਔਰ ਇੱਥੇ ਪਹੁੰਚ ਗਏ ਸੀ 7 ਵਜੇ ਤੇ ਹੁਣ ਸ਼ਾਮ ਦੀ ਵਾਪਸੀ ਹੈ, 11 ਵਜੇ ਤੱਕ ਵਾਪਸੀ ਘਰ ਹੋ ਜਾਵਾਂਗੇ ਜੀ। ਹਾਂਜੀ ਪੱਕਾ ਜੀ ਪੱਕਾ, ਐਤਵਾਰ ਤੇ ਸ਼ਹੀਦਾਂ ਸਾਹਿਬ ਨੂੰ ਸਮਰਪਿਤ ਹੈਗਾ, ਜਿੰਨਾ ਦੇਰ ਬਾਬਾ ਜੀ ਸੇਵਾ ਲੈਣਗੇ ਉਹਨਾਂ ਦਿਨ ਕਰਦੇ ਰਵਾਂਗੇ। ਟਿਕਟਾਂ 6-6 ਮਹੀਨੇ ਐਡਵਾਂਸ ਬੁੱਕ ਹੁੰਦੀਆਂ ਸਾਡੀਆਂ, ਪਰ ਹੁਣ ਟ੍ਰੇਨਾਂ ਬੰਦ ਹੋਣ ਕਰਕੇ ਅਸੀਂ ਗੱਡੀ ਤੇ ਆ ਰਹੇ ਸੀ, ਹੁਣ ਜਿੱਦਾਂ ਹੁਣ ਟ੍ਰੇਨਾਂ ਖੁੱਲ ਗਈਆਂ ਆ, ਹੁਣ ਅੱਗੋਂ ਫਿਰ ਸੀਜ਼ਨ ਤੋਂ ਬਾਅਦ ਟ੍ਰੇਨਾਂ ਤੇ ਆਉਣਾ ਸਟਾਰਟ ਕਰ ਦਾਂਗੇ, ਫਿਰ 6 ਮਹੀਨੇ ਦੀਆਂ ਐਡਵਾਂਸ ਟਿਕਟਾਂ ਬੁੱਕ ਹੋਣ ਕਰਨਗੀਆਂ।
ਹਾਂਜੀ ਵੈਸੇ ਅਸੀਂ ਤੇ ਹਸਬੈਂਡ ਵਾਈਫ ਆਉਂਦੇ ਹੀ ਆਉਂਦੇ ਆ, ਪਰ ਨਾਲ ਕੋਈ ਨਾ ਕੋਈ ਜਿੱਦਾਂ ਪਿੰਡ ਚ ਹੋ ਗਿਆ ਜਾਂ ਨਾਲ ਕੋਈ ਰਿਸ਼ਤੇਦਾਰ ਜਾਂ ਰਿਲੇਟਿਵ ਕੋਈ ਵੀ ਹੋਏ ਤੇ ਉਹ ਵੀ ਆਉਂਦੇ ਆ ਨਾਲ ਜੀ। ਚਾਟੀ ਦੀ ਲੱਸੀ ਨੂੰ ਮਤਲਬ ਦੁੱਧ ਨੂੰ ਜਾਗ ਲਾ ਕੇ ਤਿਆਰ ਹੁੰਦੀ ਹੈ ਜੀ, ਫਿਰ ਉਹਨੂੰ ਪਾ ਕੇ ਮਧਾਣੀ ਨਾਲ ਤਿਆਰ ਕਰਕੇ, ਹੁਣ ਜਿੱਦਾਂ ਇਹਦੇ ਵਿੱਚ ਮਸਾਲੇ ਪਾਏ ਹੋਏ ਆ ਸਾਰੇ, ਵੀ ਨਮਕੀਨੀ ਲੱਸੀ ਤਿਆਰ ਕੀਤੀ ਹੋਈ ਹੈ ਜੀ। ਸੰਗਤ ਦੇ ਵੱਲੋਂ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਜੀ, ਕਿਉਂਕਿ ਬਹੁਤ ਗਰਮੀ ਵੀ ਜ਼ਿਆਦਾ ਹੋ ਚੁੱਕੀ ਹੈ ਤਾਂ ਉਸਨੂੰ ਲੈ ਕੇ ਚਾਟੀ ਦੀ ਲੱਸੀ ਦਾ ਲੰਗਰ ਤਿਆਰ ਕੀਤਾ ਜਾਂਦਾ ਤੁਹਾਡੇ ਵੱਲੋਂ? ਹਾਂਜੀ, ਜਿੱਦਾਂ ਅੱਜ ਵੀ ਸਵੇਰੇ ਅਸੀਂ ਮਿੱਠਾ ਜਲ ਲਾਇਆ ਹੋਇਆ ਸੀ, ਪਰ ਸੰਗਤ ਦੀ ਡਿਮਾਂਡ ਸੀ ਕਿ ਛੇਤੀ ਤੋਂ ਛੇਤੀ ਮਤਲਬ ਚਾਟੀ ਦੀ ਲੱਸੀ ਵੀ ਸ਼ੁਰੂ ਕਰੋ, ਕਿ ਚਾਟੀ ਦੀ ਲੱਸੀ ਠੰਡੀ ਹੁੰਦੀ ਹੈ, ਤਸੀਰ ਠੰਡੀ ਹੁੰਦੀ ਹੈ ਚਾਟੀ ਦੀ ਲੱਸੀ ਦੀ, ਤੇ ਬਹੁਤ ਜ਼ਿਆਦਾ ਮਤਲਬ ਸੰਗਤ ਦਾ ਪਿਆਰ ਮਿਲ ਰਿਹਾ ਲੱਸੀ। ਸੰਗਤ ਦੀ ਡਿਮਾਂਡ ਤੇ ਜਿਹੜੀ ਚਾਟੀ ਦੀ ਲੱਸੀ ਤਿਆਰ ਕੀਤੀ ਗਈ ਹੈ ਜੀ ਇਸ ਵਾਰ ਤੁਹਾਡੇ ਵੱਲੋਂ? ਹਾਂਜੀ ਹਾਂਜੀ, ਹਰ ਵਾਰ ਤਿਆਰ ਹੁੰਦੀ ਹੈ ਚਾਟੀ ਦੀ ਲੱਸੀ, ਪਰ ਸੋਚੀਦਾ ਕਿ ਥੋੜਾ 10 ਵਜੇ ਸਟਾਰਟ ਕਰਾਂਗੇ, ਪਰ ਸੰਗਤ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਹੁੰਦੀ ਹੈ ਕਿ ਸਾਨੂੰ ਇੱਕ ਸਾਈਡ ਮਿੱਠਾ ਜਲ, ਇੱਕ ਸਾਈਡ ਨਾਲ ਹੀ ਸਵੇਰੇ ਮਾਰਨਿੰਗ ਤੋਂ ਹੀ ਲੱਸੀ ਸਟਾਰਟ ਕਰ ਦਿੱਤੀ ਹੈ ਤੇ ਸ਼ਾਮ ਤੱਕ ਚੱਲਦੀ ਹੈ। ਤੁਸੀਂ ਵੇਖਿਆ ਕਿ ਅਸੀਂ ਮੈਡਮ ਦੇ ਨਾਲ ਗੱਲਬਾਤ ਕੀਤੀ ਆ, ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਰਨਾਲ ਤੋਂ ਜਿਹੜੀ ਸੰਗਤ ਇੱਥੇ ਪਹੁੰਚਦੀ ਹੈ ਤਾਂ ਉਸਨੂੰ ਲੈ ਕੇ ਜਿਹੜੇ ਵੱਖ ਵੱਖ ਲੰਗਰ ਨੇ ਉਹ ਲਗਾਏ ਜਾਂਦੇ ਨੇ। ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਮਿੱਠਾ ਜਲ ਤੇ ਦੂਸਰੇ ਪਾਸੇ ਜਿਹੜੀ ਚਾਟੀ ਦੀ ਲੱਸੀ ਆ ਉਹ ਤਿਆਰ ਬਰ ਤਿਆਰ ਉਹਨਾਂ ਦੇ ਵੱਲੋਂ ਕੀਤੀ ਆ ਰਹੀ ਹੈ, ਤਾਂ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਇੱਥੇ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ, ਉਹਨਾਂ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ, ਤਾਂ ਬੱਚਿਆਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ। ਤਾਂ ਬੱਚਿਓ ਕਿੱਥੋਂ ਆਏ ਹੋ ਜੀ ਤੁਸੀਂ? ਅਲੀਵਾਲ। ਹਾਂਜੀ, ਅਲੀਵਾਲ। ਅਲੀਵਾਲ ਤੋਂ ਪਰਿਵਾਰ ਦੇ ਨਾਲ ਆਏ ਹੋ? ਹਾਂਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਇੱਥੇ ਆ ਕੇ ਸੇਵਾ ਕੀਤੀ ਜਾ ਰਹੀ ਹੈ? ਵਧੀਆ ਜੀ, ਸੇਵਾ ਕੀਤੀ ਜਾ ਰਹੀ, ਹਰ ਐਤਵਾਰ ਇੱਥੇ ਸੇਵਾ ਕੀਤੀ ਜਾਂਦੀ ਆ। ਐਤਵਾਰ ਹੀ ਤੁਸੀਂ ਇੱਥੇ ਪਹੁੰਚਦੇ ਹੋ? ਹਾਂਜੀ। ਆ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕੀਤੀ ਗਈ ਹੈ। ਫਿਲਹਾਲ ਉਹਨਾਂ ਦਾ ਕਹਿਣਾ ਕਿ ਅਲੀਵਾਲ ਪਿੰਡ ਤੋਂ ਉਹ ਇੱਥੇ ਪਹੁੰਚੇ ਹੋਏ ਨੇ, ਤਾਂ ਲਗਾਤਾਰ ਐਤਵਾਰ ਦੇ ਦਿਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਚੁਪਹਿਰਾ ਸਾਹਿਬ ਕੱਟਣ ਦੇ ਲਈ ਪਹੁੰਚਦੀਆਂ ਨੇ, ਉੱਥੇ ਹੀ ਸੰਗਤਾਂ ਦੇ ਵੱਲੋਂ ਵੱਖ ਵੱਖ ਲੰਗਰ ਜਿਹੜੇ ਨੇ ਉਹ ਲਗਾਏ ਜਾਂਦੇ ਨੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਚਾਟੀ ਦੀ ਲੱਸੀ ਕਿਸ ਤਰ੍ਹਾਂ ਜਿਹੜੀ ਤਿਆਰ ਬਰ ਤਿਆਰ ਕੀਤੀ ਜਾ ਰਹੀ ਆ, ਤਾਂ ਉਸ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ। ਤਾਂ ਨਾਲ ਦੇ ਨਾਲ ਲੱਸੀ ਜਿਹੜੀ ਆ ਬੈਕ ਸਾਈਡ ਤੇ ਤਿਆਰ ਕੀਤੀ ਜਾ ਰਹੀ ਆ। ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਇੱਕ ਮਸ਼ੀਨ ਮੰਗਵਾਈ ਗਈ ਆ, ਤਾਂ ਮਸ਼ੀਨ ਦੇ ਨਾਲ ਜਿਹੜੀ ਲੱਸੀ ਆ ਉਸ ਨੂੰ ਤਿਆਰ ਬਰ ਤਿਆਰ ਕੀਤਾ ਜਾ ਰਿਹਾ। ਤਾਂ ਭਾਜੀ ਇਹ ਕਿਹੜੀ ਮਸ਼ੀਨ ਆ ਜੀ ਜਿਹਨਾਂ ਤਿਆਰ ਕੀਤੀ ਜਾ ਰਹੀ ਆ? ਇਹ ਜੀ ਡਰਿੱਲ ਹੈ, ਤੇ ਉਹਦੇ ਅੱਗੇ ਆਪਾਂ ਦੇਸੀ ਜਗਾੜ ਲਾਇਆ ਅੱਡਾ, ਤੇ ਜਿਹੜੇ ਮਸ਼ੀਨ ਦੇ ਅੱਗੇ ਆਪਣਾ ਫਿਰਕੀ ਹੁੰਦੀ ਉਹ ਲਾਈ ਆਪਾਂ, ਤੇ ਇਹਦਾ ਲੰਮਾ ਇਹਦੇ ਨਾਲ ਜਲਦੀ ਥੋੜ੍ਹਾ ਜਿਹਾ ਇਹਦੀ ਸਪੀਡ ਜ਼ਿਆਦਾ ਹੋਣ ਕਰਕੇ ਜਲਦੀ ਲੱਸੀ ਤਿਆਰ ਹੋ ਜਾਂਦੀ ਹੈ। ਇਹ ਇਸੇ ਤਰ੍ਹਾਂ ਹੀ ਅਸੀਂ ਹੁਣ ਪਹਿਲਾਂ ਘਰੋਂ ਅਸੀਂ ਦਹੀਂ ਨੂੰ ਲੱਸੀ ਬਣਾ ਕੇ ਲਿਆਈ ਦੀ ਆ, ਫਿਰ ਇੱਥੇ ਆਣ ਕੇ ਉਸਨੂੰ ਪਾਣੀ ਮਿਕਸ ਕਰਨਾ ਦਾ ਉਸ ਤਰੀਕੇ ਨਾਲ ਫਿਰ ਇੱਥੇ ਲੋ। ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਜਿਹੜੀ ਡਰਿੱਲ ਮਸ਼ੀਨਾਂ ਦੇ ਅੱਗੇ ਇਹ ਜਿਹੜੀ ਇਹ ਸਾਡੇ ਵੱਡੇ ਵੀਰ ਆ ਗੁਰਚਰਨ ਸਿੰਘ ਧੰਜੂ ਸਾਡੇ ਨਾਲ ਖੜੇ ਆ, ਇਹਨਾਂ ਦੀ ਕਾਢ ਹੈ ਤੇ ਇਹਨਾਂ ਨੇ ਹੀ ਇਹ ਸਾਨੂੰ ਦੱਸਿਆ ਨੁਕਸਾ, ਇਹਨਾਂ ਨੇ ਬਣਾ ਕੇ ਦਿੱਤੀ ਆ, ਸਾਡੇ ਨਾਲ ਖੜੇ ਨੇ, ਇਹਨਾਂ ਨਾਲ ਗੱਲਬਾਤ ਕਰੋ ਤੁਸੀਂ ਬਾਕੀ। ਭਾਜੀ ਤੁਹਾਡੀ ਆਪਣੀ ਡੇਅਰੀ ਆ ਜੀ ਉੱਥੇ? ਨਹੀਂ ਵੀਰ ਜੀ, ਸੰਗਤ ਦਾ ਸੰਯੋਗ ਆ ਜੀ। ਠੀਕ ਹੈ, ਹੌਲੀ ਹੌਲੀ ਤਿੰਨਾਂ ਡਰਮਾਂ ਤੋਂ ਸ਼ੁਰੂ ਹੋਇਆ ਸੀਗਾ, ਅੱਜ ਮਾਲਕ ਦੀ ਮਿਹਰ ਨਾਲ ਨਿੱਕਾ ਥੀ ਭਰ ਕੇ ਲੈ ਕੇ ਆਈਦਾ ਜੀ। ਲਗਾਤਾਰ ਹਰ ਐਤਵਾਰ ਆਉਂਦੇ ਹੋ ਜੀ ਇੱਥੇ? ਵਾਹਿਗੁਰੂ ਦੀ ਕਿਰਪਾ ਨਾਲ ਆਉਂਦੇ ਹਾਂ ਜੀ। ਸੰਗਤਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਜੀ ਫਿਰ ਤੁਹਾਨੂੰ ਇੱਥੇ ਆ ਕੇ? ਸੰਗਤ ਦਾ ਜਦੋਂ ਕਹਿੰਦੇ ਆ ਲੱਸੀ ਬਹੁਤ ਸਵਾਦ ਆ, ਦੁੱਧ ਤਿੰਨ ਤਿੰਨ ਵਾਰੀ ਪੀਂਦੇ ਆ, ਖੁਸ਼ੀ ਹੁੰਦੀ ਆ। ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਲੰਗਰ ਜਿਹੜੇ ਨੇ ਲੱਗਦੇ ਰਹਿਣਗੇ? ਵਾਹਿਗੁਰੂ ਕਰਨ ਵਾਲੇ ਜੀ, ਅਸੀਂ ਕੌਣ ਹੁੰਦੇ ਆ ਕਰਨ ਵਾਲੇ, ਬਾਬਾ ਦੀਪ ਸਿੰਘ ਜੀ ਦੀ ਕਦੋਂ ਤੱਕ ਕਿਰਪਾ ਰਹੂਗੀ, ਹੱਥ ਦੇ ਕੇ ਆਉਂਦੇ ਕਰਾਉਣਗੇ ਕਰਾਂਗੇ ਜੀ। ਠੀਕ ਹੈ, ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਆ, ਫਿਲਹਾਲ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਡਰਿੱਲ ਮਸ਼ੀਨ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਜਿਹੜੀ ਹੋਰ ਪੈਪ ਨੂੰ ਜੋੜਿਆ ਗਿਆ, ਤਾਂ ਉਸ ਨੂੰ ਲੈ ਕੇ ਜਿਹੜਾ ਨਵੀਂ ਕਾਰਡ ਇਹਨਾਂ ਦੇ ਵੱਲੋਂ ਕੱਢੀ ਗਈ ਹੈ, ਤਾਂ ਨਾਲ ਦੇ ਨਾਲ ਲੱਸੀ ਇੱਕ ਪਾਸੇ ਤਿਆਰ ਹੋ ਰਹੀ ਹੈ, ਤਾਂ ਦੂਸਰੇ ਪਾਸੇ ਜਿਹੜੀਆਂ ਸੰਗਤਾਂ ਆ ਰਹੀਆਂ ਨੇ ਉਹਨਾਂ ਨੂੰ ਛਕਾਉਣ ਦਾ ਜਿਹੜਾ ਕੰਮ ਆ ਉਹ ਕੀਤਾ ਜਾ ਰਿਹਾ। ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਰਨਾਲ ਤੋਂ
ਲਗਾਤਾਰ ਐਤਵਾਰ ਦੇ ਦਿਨ ਉਹ ਇੱਥੇ ਪਹੁੰਚਦੇ ਨੇ ਤਾਂ ਵੱਖ ਵੱਖ ਲੰਗਰ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ। ਪਰ ਇਸ ਵਾਰ ਉਹਨਾਂ ਦਾ ਕਹਿਣਾ ਕਿ ਸੰਗਤ ਦੀ ਡਿਮਾਂਡ ਸੀ ਕਿ ਜਿਹੜੀ ਆ ਚਾਟੀ ਦੀ ਲੱਸੀ ਉਹ ਤਿਆਰ ਬਰ ਤਿਆਰ ਕੀਤੀ ਜਾਵੇ, ਤਾਂ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਚਾਟੀ ਦੀ ਲੱਸੀ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ। ਜਗਬਾਣੀ ਟੀਵੀ ਦੇ ਲਈ ਸਾਹਿਲ, ਅੰਮ੍ਰਿਤਸਰ।